देर शाम सादिक नगर के पास एक बड़ी घटना होने की खबर सामने आई है, जिसे सुनकर आपके भी होश उड़ जाएंगे। आपको बता दें कि एक व्यक्ति अपना सामान पैक करके घर जाने वाला होता है, लेकिन मौके पर उसके साथ कुछ ऐसा हो जाता है जिससे उसका लाखों का नुकसान हो जाता है। आपको बता दें कि ये व्यक्ति नकदी लेकर और बैग में लैपटॉप रखकर अपनी गाड़ी में रखता है ये सारा सामान, और अपने पिताजी को लेने के लिए जैसे ही बाहर जाता है और पीछे से कोई व्यक्ति आकर उसकी कार पर पत्थर मारकर उस कार को तोड़ देता है, और साथ ही में गाड़ी में पड़ा कैश और लैपटॉप चुरा कर वहाँ से फरार हो जाता है। इस वीडियो पर आप क्या कहेंगे हमें कॉमेंट करके जरूर बताएं। तकरीबन 9:30 बजे ਪਿਛਲੇ ਪਾਸੋ ਕੋਈ ਬੰਦੇ ਆਏ ਮੋਟਰਸਾਈਕਲ ਦੇ, ਉਹਨਾਂ ਨੇ ਪੱਥਰ ਮਾਰੇ ਸ਼ੀਸ਼ੇ ਦੇ। ਕਿੰਨੇ ਜਾਣੇ ਸੀ ਮੋਟਰਸਾਈਕਲਾਂ ਦੇ? ਦੋ ਮੋਟਰਸਾਈਕਲ ਤਾਂ ਹੈਗੇ ਸੀਗੇ, ਚਾਰ ਬੰਦੇ ਪੰਜ ਬੰਦੇ ਹੈਗੇ ਸੀਗੇ। ਅੱਛਾ ਜੀ। ਪੱਥਰ ਮਾਰਿਆ ਤੇ ਉਹਨਾਂ ਨੇ ਮੇਰੀ ਕਾਰ ਦਾ ਬੈਲੈਂਸ ਵਿਗੜ ਗਿਆ। ਹੂੰ। ਸਾਈਡ ਤੇ ਜਦੋਂ ਟਰਨ ਹੋਈ ਕਾਰ ਤੇ ਬ੍ਰੇਕ ਲਗਾਈ ਮੈਂ, ਉਹਨਾਂ ਨੇ ਮੇਰੇ ਵਾਲ ਫੜੇ ਤੇ ਰਿਵਾਲਵਰ ਦਿਖਾਇਆ। ਹੂੰ। ਤੇ ਧਮਕੀ ਦਿੱਤੀ ਮੈਨੂੰ ਉਹਨਾਂ ਨੇ। ਹੂੰ। ਤੇ ਪਿੱਛੋਂ ਮੇਰੀ ਕਿੱਟ ਪਈ ਸੀ, ਕਿੱਟ ਕੱਢ ਕੇ ਲੈ ਗਈ। ਅੱਛਾ। ਕਿੰਨੇ ਕੀ ਸਮਾਨ ਸੀ ਕਿੱਟ ਦੇ ਵਿੱਚ? ਸਮਾਨ ਮੇਰਾ ਲੈਪਟਾਪ ਸੀਗੇ ਤੇ ਨਕਦੀ ਸੀਗੀ। ਕਿੰਨੇ ਕੁ ਪੈਸਿਆਂ ਦੀ ਨਕਦੀ ਸੀਗੀ? ਨਕਦੀ 6 ਲੱਖ ਰੁਪਏ। 6 ਲੱਖ ਰੁਪਏ ਕੈਸ਼ ਸੀਗਾ? ਕੈਸ਼ ਸੀ। ਬਾਈ ਕੀ ਕਿਵੇਂ ਲੱਗਦਾ ਬਾਈ ਜੀ ਘਟਨਾ ਜਿਸ ਤਰ੍ਹਾਂ ਹੋਈ ਹੈ ਇਹ? ਕਿ ਘਟਨਾ ਦਾ ਹੁਣ ਸਾਰੀ ਵਿਕਾਸ ਨੇ ਬਿਆਨ ਕਰ ਹੀ ਦਿੱਤੀ। ਪਰ ਲੇਕਿਨ ਇਹਨਾਂ ਦਾ ਵੀ ਆਪਣੇ ਕੋਲ ਜਿਹੜੇ ਬੰਦੇ ਆ ਉਹ ਟਰੇਸ ਹੋ ਜਾਣ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ ਜੀ। ਤੇ ਵੀ ਕਹਿੰਦੇ ਆ ਸਾਨੂੰ ਮਦਦ ਮਿਲ ਰਹੀ ਹੈ ਸਰਕਾਰ ਨਾਲ ਵੀ। ਰੈਕੀ ਹੋਈ ਲੱਗਦੀ ਤੁਹਾਨੂੰ? ਹਾਂ, ਰੇਕੀ ਹੋਈ ਹੈ ਬਿਲਕੁਲ ਜੀ। ਮਗਰਲੇ ਪਾਸੋਂ ਬੰਦਿਆਂ ਨੇ ਹੋ ਸਕਦਾ 2-4 ਦਿਨ ਪਹਿਲਾਂ ਰੇਕੀ ਕੀਤੀ ਹੋਵੇ। ਹਾਂਜੀ। ਤੇ ਇੱਥੋਂ ਮਗਰ ਲੱਗੇ ਜਦੋਂ ਇਹ ਬੱਚਾ ਕਿ ਨਹੀਂ ਲੈਣ ਗਿਆ ਉੱਥੋਂ ਮੰਡੀ। ਹਾਂਜੀ। ਤੇ ਰੇਕੀ ਦੇ ਉਹਨਾਂ ਜਦੋਂ ਕੋਈ ਦੁਆ ਦੋ ਆਪਣੇ ਪਾਸੇ ਜਾ ਕੇ ਤੇ ਇੱਥੇ ਹਮਲਾ ਕਰਤਾ ਜੀ। ਅੱਛਾ। ਸੱਟ ਵੀ ਤੁਹਾਡੀ ਬਾਂਹ ਦੇ ਲੱਗ ਗਈ ਹੈ? ਇਹ ਸ਼ੀਸ਼ਾ ਟੁੱਟਿਆ ਜਦੋਂ ਕਾਰ ਦਾ? ਉਸੇ ਟਾਈਮ ਸ਼ੀਸ਼ਾ ਵੱਜਿਆ। ਥਾਣੇ ਦਾ ਰਿਪੋਰਟ ਤਾਂ ਲਿਖਾਈ ਦਿੱਤੀ ਹੈ ਅਜੇ ਜੀ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਕੇਸ ਰਜਿਸਟਰ ਕੀਤਾ ਗਿਆ। ਆਸਣਾ ਦਾ ਇੱਕ ਵਿਅਕਤੀ ਆ, ਇਹ ਆਪਣੇ ਫਾਦਰ ਸਾਹਿਬ ਨੂੰ ਲੈਣ ਜਾ ਰਿਹਾ ਸੀ, ਆਪ ਦਾ ਪੈਸਟੀਸਾਈਡ ਦਾ ਕੰਮ ਹੈ ਤੇ ਇਹਨੇ ਆਪਣੀ ਕੰਪਲੇਂਟ ਕੀਤੀ। ਮੈਂ ਜਦੋਂ ਕਾਰ 'ਤੇ ਜਾ ਰਿਹਾ ਸੀਗਾ ਤਾਂ ਕਿਸੇ ਨੇ ਜਿਹੜਾ ਪੱਥਰ ਪੁੱਤਰ ਮਾਰ ਕੇ ਜਿਹੜਾ ਇਹਨੂੰ ਰੋਕਿਆ ਜੀ, ਅਤੇ ਮੇਰੇ ਕਹਿੰਦਾ ਪੈਸੇ ਕਾਰ 'ਚ ਚੱਕ ਕੇ ਭੱਜ ਗਏ। ਤਾਂ ਹੁਣ ਪੜਤਾਲ ਕਰ ਰਹੇ ਹਾਂ ਜੀ, ਨੈਕਸਟ ਜੋ ਇਨਵੈਸਟੀਗੇਸ਼ਨ ਚੱਲ ਰਿਹਾ ਸਾਹਮਣੇ। ਕਿੰਨੀ ਅਮਾਊਂਟ ਕਿੰਨੀ ਸੀਗੀ? ਇਹਦੀ 85-90 ਦੇ ਕਰੀਬ ਦੱਸ ਰਹੇ। ਕੁਛ ਕਮੇਟੀਆਂ ਦੇ ਕੁਛ ਕਹਿੰਦੇ 8 ਦਾ ਕੰਮ ਹੈ। ਪੈਸਟੀਸਾਈਡ ਦਾ ਤੇ 8 ਦਾ ਕੰਮ ਹੈ।